ਹੁਣ ਕਹਿੰਦੇ ਉਹ ਦੋਵੇਂ ਮੀਆਂ ਬੀਬੀ ਉਹ ਸੇਵਾ ਕਰਦੇ ਨੇ, ਲੰਗਰ ਲਿਆਂਦਾ, ਛਕਾਇਆ, ਬਹੁਤ ਸੇਵਾ ਕੀਤੀ, ਮੁੱਠੀ ਚਾਪੀ, ਲੱਤਾਂ ਕੁੱਟੀਆਂ। ਤੇ ਕਹਿੰਦੇ ਸਵੇਰ ਨੂੰ ਜਦੋਂ ਜਥਾ ਹਰਿਮੰਦਰ ਸਾਹਿਬ ਜਾਣ ਲੱਗਿਆ, ਉਹਨਾਂ ਸਿੱਖਾਂ ਨੇ ਜਿਨ੍ਹਾਂ ਦੇ ਬਾਗ ਵਿੱਚ ਸੰਗਤਾਂ ਉਤਰੀਆਂ ਸੀ, ਉਹਨਾਂ ਸਿੱਖਾਂ ਨੇ ਅੰਬਾਂ ਦੇ ਟੋਕਰੇ ਭਰ ਕੇ ਦਿੱਤੇ। ਕਹਿੰਦੇ ਸੰਗਤੇ ਆ ਅੰਬ ਲੈ ਲਿਓ, ਮਹਾਰਾਜ ਨੂੰ ਭੇਟਾ ਕਰਿਓ ਜਾ ਕੇ, ਗਰੀਬ ਨਵਾਜ ਨੂੰ ਸਾਡੇ ਵੱਲੋਂ ਮਹਾਰਾਜ ਸਾਹਿਬ ਛਕੋ। ਤੇ ਕਹਿੰਦੇ ਉਹਨਾਂ ਨੇ ਅੰਬ ਭੇਟਾ ਕੀਤੇ, ਟੋਕਰੇ ਭਰ ਕੇ ਸੰਗਤਾਂ ਨੇ ਸਿਰਾਂ ਤੇ ਚੁੱਕੇ ਤੇ ਲੈ ਕੇ ਜਾ ਰਹੇ ਨੇ, ਉੱਥੇ ਲਈ ਜਾਂਦੇ ਨੇ। ਜਦੋਂ ਹਰਿਮੰਦਰ ਸਾਹਿਬ ਪਹੁੰਚੇ, ਨਮਸਕਾਰ ਕੀਤੀ, ਮੱਥਾ ਟੇਕਿਆ, ਸਿਜਦਾ ਕੀਤਾ, ਸਾਰੀ ਸੰਗਤ ਗੁਰੂ ਅਰਜਨ ਦੇਵ ਸਾਹਿਬ ਨੂੰ ਮਿਲੀ। ਤੇ ਕਹਿੰਦੇ ਪਿੱਛੋਂ ਫਿਰ ਜਿਹੜਾ ਜਥੇਦਾਰ ਸੀ ਨਾ ਸੰਗਤਾਂ ਦਾ, ਉਹ ਕਹਿੰਦਾ ਲਿਆਓ ਭਾਈ ਅੰਬ ਭੇਟਾ ਕਰੀਏ ਮਹਾਰਾਜ ਨੂੰ। ਅੰਬਾਂ ਦੇ ਟੋਕਰੇ ਚੁੱਕ ਲਿਆਂਦੇ, ਇੱਦਾਂ ਕਰਕੇ ਅੱਗੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਥੱਕ ਗਏ ਸੀ ਤੇ ਪਿੱਛੇ ਹੀ ਰੁਕ ਗਏ ਸੀ ਇੱਕ ਬਾਗ ਵਿੱਚ, ਤੇ ਬਾਗ ਦਾ ਮਾਲਕ ਤੁਹਾਡਾ ਸਿੱਖ ਸੀ ਮਹਾਰਾਜ ਜੀ, ਉਹਨੇ ਸਾਡੀ ਇੰਨੀ ਸੇਵਾ ਕੀਤੀ, ਸੱਚੇ ਪਾਤਸ਼ਾਹ ਬਹੁਤ ਸੰਗਤਾਂ ਖੁਸ਼ ਹੋਈਆਂ। ਤੇ ਮਹਾਰਾਜ ਜੀ ਉਹਨੇ ਸੰਗਤ ਦੀ ਵੀ ਸੇਵਾ ਕੀਤੀ, ਰੱਜਵੇਂ ਅੰਬ ਛਕਾਏ ਸਾਨੂੰ, ਨਾਲੇ ਲੰਗਰ ਛਕਾਇਆ ਮਹਾਰਾਜ ਉਹਨੇ ਆ ਤੁਹਾਡੇ ਵਾਸਤੇ ਤੇ ਸੰਗਤਾਂ ਵਾਸਤੇ ਇੱਥੇ ਵੀ ਟੋਕਰੇ ਅੰਬਾਂ ਦੇ ਭੇਜੇ ਨੇ। ਮਹਾਰਾਜ ਕਹਿੰਦੇ ਲਿਆਓ ਭਾਈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਲਿਆਓ ਅੰਬ ਛਕਾਓ, ਛਕੀਏ ਅੰਬ ਆਪਾਂ ਸਾਰ ਸੰਗਤ। ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਅੰਬ ਛਕਦੇ ਨੇ। ਕਹਿੰਦੇ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦੀ ਖੁਸ਼ੀ ਲਈ ਸਿੱਖ ਨੇ ਸੇਵਾ ਕੀਤੀ, ਜਾ ਸਿੱਖਾ ਤੈਨੂੰ ਲੋਕ ਦੇ ਸੁੱਖ ਦਿੱਤੇ, ਤੈਨੂੰ ਪਰਲੋਕ ਦੇ ਸੁੱਖ ਦਿੱਤੇ, ਤੇਰਾ ਜਨਮ ਮਰਨ ਕੱਟਿਆ, ਬਹੁਤ ਵਰ ਦਿੱਤੇ ਮਹਾਰਾਜ ਨੇ, ਨਾਲੇ ਅੰਬ ਛਕੀ ਜਾਂਦੇ ਨੇ, ਨਾਲੇ ਬਖਸ਼ਿਸ਼ਾਂ ਵੰਡੀ ਜਾਂਦੇ ਨੇ, ਬਹੁਤ ਖੁਸ਼ੀਆਂ, ਨਾਲੇ ਆਪ ਛਕੇ, ਨਾਲੇ ਸੰਗਤਾਂ ਨੂੰ ਛਕਾਏ। ਹੁਣ ਉਸ ਵੇਲੇ ਮਹਾਰਾਜ ਕੋਲ ਇੱਕ ਸਿੱਖ ਬੈਠਾ ਸੀ, ਭਾਈ ਕੂਰਮ, ਇਤਿਹਾਸ ਵਿੱਚ ਆਉਂਦਾ, ਉਹਦਾ ਵੀ ਅੰਬਾਂ ਦਾ ਬਾਗ ਸੀ ਮੋਹਾਲੀ ਲਾਗੇ, ਉਹਦਾ ਅੰਬਾਂ ਦਾ ਬਾਗ ਸੀ। ਉਹ ਕਹਿੰਦਾ ਉਹ ਸਿੱਖ ਤੇ ਆਇਆ ਵੀ ਨਹੀਂ, ਸੰਗਤਾਂ ਦੇ ਹੱਥ ਉਹਨੇ ਅੰਬ ਭੇਜੇ, ਮਹਾਰਾਜ ਤੋਂ ਇੰਨੇ ਵਰ ਲੈ ਗਿਆ, ਇੰਨੀਆਂ ਬਖਸ਼ਿਸ਼ਾਂ, ਇੰਨੀਆਂ ਖੁਸ਼ੀਆਂ, ਉਹ ਤੂੰ ਰਹਿੰਦਾ ਇੱਥੇ ਖਾਲੀ ਰਹਿ ਗਿਆ ਤੂੰ ਤੇ। ਉਹਨੇ ਵੀ ਆਪਣੇ ਕਹਿੰਦਾ ਲੈ ਇਹਦਾ ਕੀ, ਅੰਬ ਤੇ ਆਪਣੇ ਵੀ ਲੱਗੇ ਨੇ, ਅੰਬ ਤੇ ਆਪਣੇ ਵੀ ਨੇ, ਆਪਣੇ ਨੌਕਰ ਚਾਕਰ ਭੇਜੇ, ਕਹਿੰਦਾ ਮਹਾਰਾਜ ਨੂੰ ਅੰਬ ਛਕਾਉਣੇ ਨੇ, ਜਾਓ ਜਾ ਕੇ ਟੋਕਰੇ ਭਰ ਕੇ ਤੁਸੀਂ ਵੀ ਅੰਬਾਂ ਦੇ ਲਿਆਓ। ਸਾਰ ਸੰਗਤ ਹੁਣ ਆਪਣੇ ਨੌਕਰ ਭੇਜੇ ਗਏ, ਇਹਦੇ ਵੀ ਅੰਬ ਲੱਗੇ ਹੋਏ। ਕਈ ਦਿਨਾਂ ਦਾ ਪੈਂਡਾ ਤੈਅ ਕੀਤਾ, ਕਾਬਲ ਵਾਲੀਆਂ ਸੰਗਤਾਂ ਰਹਿ ਕੇ ਚਲੀਆਂ ਗਈਆਂ। ਕਹਿੰਦੇ ਇਹਦੇ ਜਦੋਂ ਨੌਕਰ ਅੰਬਾਂ ਦੇ ਟੋਕਰੇ ਭਰ ਕੇ ਲੈ ਕੇ ਆਏ ਨਾ, ਅੰਬਾਂ ਦੇ ਟੋਕਰੇ ਭਰ ਕੇ ਉੱਥੇ ਜਦੋਂ ਪਹੁੰਚੇ ਮਹਾਰਾਜ ਦੇ ਚਰਨਾਂ 'ਚ, ਸਤਿਗੁਰੂ ਆਸਣ ਤੇ ਸੰਘਾਸਣ ਤੇ ਬਿਰਾਜਮਾਨ ਨੇ, ਤੇ ਕਹਿੰਦੇ ਇਹ ਭਾਈ ਕੂਰਮ ਨਾ ਅੰਬਾਂ ਦੇ ਟੋਕਰੇ ਲੈ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਆ ਅੰਬ ਲਿਆਇਆ, ਮਹਾਰਾਜ ਜੀ ਭੋਗ ਲਾਓ। ਹੁਣ ਗਰੀਬ ਨਿਵਾਜ ਤੇ ਜਾਣਦੇ ਨੇ ਵੀ ਇਹ ਸੇਵਾ, ਮਹਾਰਾਜ ਜੀ ਭੋਗ ਲਾਓ ਅੰਬ ਲੈ ਕੇ ਆਇਆ। ਸੱਚੇ ਪਾਤਸ਼ਾਹ ਕਹਿੰਦੇ ਰੱਖ ਦੇ ਇੱਥੇ, ਰੱਖ ਦੇ ਕੋਈ ਨਹੀਂ ਭਾਈ, ਧਿਆਨ ਦਿਓ ਇੱਥੇ ਰੱਖ ਦੇ ਅੰਬ। ਮਹਾਰਾਜ ਜੀ ਮੈਂ ਲੈ ਕੇ ਆਇਆ, ਕਿਰਪਾ ਕਰੋ ਛਕੋ, ਆਪ ਵੀ ਛਕੋ, ਸੰਗਤਾਂ ਨੂੰ ਵੀ ਛਕਾਓ। ਤੇ ਸਾਰ ਸੰਗਤ ਭਾਈ ਕੂਰਮ ਮਹਾਰਾਜ ਨੂੰ ਬੇਨਤੀਆਂ ਕਰਦਾ, ਮਹਾਰਾਜ ਵੇਖਦੇ ਵੀ ਨਹੀਂ ਅੰਬਾਂ ਵੱਲ, ਕੋਈ ਨਹੀਂ ਭਾਈ ਇੱਥੇ ਰੱਖ ਦੇ। ਸੱਚੇ ਪਾਤਸ਼ਾਹ ਮੈਂ ਰੱਖਣ ਵਾਸਤੇ ਨਹੀਂ ਮੰਗਾਏ, ਇਹਨਾਂ ਨੂੰ ਛਕੋ ਭੋਗ ਲਾਓ। ਪਹਿਲੀ ਵਾਰ ਆਖਿਆ, ਦੂਜੀ ਵਾਰ ਆਖਿਆ, ਤੀਜੀ ਵਾਰ ਜਦੋਂ ਅੰਬ ਮਹਾਰਾਜ ਦੇ ਅੱਗੇ ਕਰੇ, ਮਹਾਰਾਜ ਨੇ ਪੁੱਛਿਆ ਨਹੀਂ, ਮਨੋ ਮਨੀ ਸੋਚਦਾ ਕਹਿੰਦਾ ਇਹ ਕੀ ਗੱਲ ਬਣੀ, ਮੈਂ ਆਪਣੇ ਨੌਕਰ ਭੇਜੇ ਅੰਬਾਂ ਦੇ ਟੋਕਰੇ ਭਰ ਕੇ ਮੰਗਾਏ, ਇੱਕ ਸਿੱਖ ਹੋ ਸੀ
जेड़ा आया भी नहीं किसी के हाथ अंब भेजे उदण तो महाराज ने बड़े वर दिते सी मेरे मेरे अंबा वेख्या भी नहीं अज महाराज फिर कहिंदे बोल ही दिता उन्हें महाराज नूं कहिंदा सच्चे पातशाह यह की गल बनी पूरमा क्यों गर्म हुंदा है गरीब नवाज कहिंदे की होया तैनू महाराज उदण जेड़े सिख ने अंब भेजे सी उते आया भी नहीं ਉਹਦੀ ਸੰਗਤਾਂ ਹੱਥੋਂ ਨੇ ਅੰਬ ਭੇਜੇ ਤੁਸੀਂ ਛੱਕ ਕੇ ਬੜੇ ਵਰ ਦਿੱਤੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਜਨਮ ਮਰਨ ਕੱਟਿਆ ਗਿਆ ਬਖਸ਼ਿਸ਼ਾਂ ਬੜੀਆਂ ਦਿੱਤੀਆਂ ਮਹਾਰਾਜ ਮੈਂ ਆਪਣੇ ਸੇਵਾਦਾਰ ਭੇਜੇ ਨੇ ਮੈਂ ਅੰਬ ਲੈ ਗਿਆ ਮੇਰੇ ਵੱਲ ਝਾਕਿਆ ਵੀ ਨਹੀਂ ਤੁਸੀਂ ਮੇਰੇ ਅੰਬਾਂ ਵੱਲ ਵੇਖਿਆ ਵੀ ਨਹੀਂ ਮੇਰੇ ਅੰਬਾਂ ਨੂੰ ਭੋਗ ਵੀ ਨਹੀਂ ਲਾਉਂਦੇ ਅਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਗੱਲ ਸੁਣੋ ਕੂਰਮਾ ਉਦਣ ਸੇਵਾ ਸੀ ਦਿਲੋਂ ਕੂਰਮਾ ਜਿਹੜੇ ਉਦਣ ਅੰਬ ਆਏ ਸੀ ਉਦਣ ਸੇਵਾ ਕਮਾਈ ਸਿੱਖ ਨੇ ਉਹ ਸੀ ਦਿਲੋਂ ਪਰ ਜਿਹੜੇ ਤੂੰ ਲੈ ਕੇ ਆਇਆ ਇਹ ਦਿਲੋਂ ਸੇਵਾ ਨਹੀਂ ਇਹ ਰੀਸ ਹੋ ਰਹੀ ਆਖੋ ਸਤਨਾਮ ਇਹ ਰੱਖੋ ਸਤਨਾਮ ਇਹ ਸੇਵਾ ਨਹੀਂ ਇਹ ਰੀਸ ਹੋ ਰਹੀ ਹੈ ਮਹਾਰਾਜ ਕਹਿੰਦੇ ਅੰਬ ਤੇ ਤੇਰੇ ਪਹਿਲਾਂ ਵੀ ਸੀ ਉਹ ਸਿੱਖ ਨੂੰ ਬਖਸ਼ਿਸ਼ਾਂ ਮਿਲੀਆਂ ਤਾਂ ਤੂੰ ਵੇਖ ਕੇ ਅੰਬ ਲੈ ਆਇਆ ਬਾਗ ਤੇ ਤੇਰੇ ਪਹਿਲਾਂ ਵੀ ਸੀ ਪਹਿਲਾਂ ਨਾ ਲਿਆਂਦੇ ਮਹਾਰਾਜ ਜੀ ਫਿਰ ਹੁਣ ਕੀ ਕਰਾਂ ਮਹਾਰਾਜ ਜੀ ਛਕਦੇ ਨਹੀਂ ਹੁਣ ਅੰਬ ਗਰੀਬ ਨਵਾਜ ਮਹਾਰਾਜ ਹੁਣ ਨਹੀਂ ਛਕਦੇ ਕਹਿੰਦੇ ਛਕਾਂਗਾ ਜ਼ਰੂਰ ਪਰ ਹੁਣ ਨਹੀਂ ਤੂੰ ਅੰਬ ਛਕਾਉਣ ਲੱਗੇ ਆ ਦੇਰੀ ਲਾਈ ਅਸੀਂ ਛਕਣ ਲੱਗੇ ਆ ਦੇਰੀ ਲਾਵਾਂਗੇ ਮਹਾਰਾਜ ਜੀ ਇਹ ਕਦੋਂ ਛਕੋਗੇ ਫਿਰ ਤੇਰਾ ਦਿਲ ਕਰਦਾ ਹੈ ਅੰਬ ਛਕਾਉਣ ਨੂੰ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਛਕੋਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਫਿਰ ਬਚਨ ਕੀਤਾ ਕਹਿੰਦੇ ਕੂਰਮਾ ਪਹਿਲਾਂ ਅੰਬ ਛਕਾ ਦਿੰਦਾ ਉਸੇ ਵੇਲੇ ਛਕ ਲੈਂਦਾ ਇਹ ਸੇਵਾ ਦਿਲੋਂ ਨਹੀਂ ਇਹ ਰੀਸ ਹੋ ਰਹੀ ਹੈ ਪਰ ਕੂਰਮਾ ਇੱਕ ਗੱਲ ਚੇਤੇ ਰੱਖੀ ਜੇ ਤੇਰੇ ਦਿਲ ਦੀ ਮਨ ਦੀ ਇੱਛਾ ਹੈ ਸਾਨੂੰ ਅੰਬ ਛਕਾਉਣ ਦੀ ਲੈ ਇਹ ਯਾਦ ਰੱਖੀ ਮੈਂ ਤੇਰੇ ਨਾਲ ਬਚਨ ਕਰਦਾ ਅੰਬ ਛਕਾਂਗਾ ਜ਼ਰੂਰ ਪਰ ਹੁਣ ਨਹੀਂ ਸੱਤਵੇਂ ਜਾਮੇ ਜਾ ਕੇ ਛਕਾਂਗਾ ਆਖੋ ਸਤਨਾਮ ਉਹ ਕੂਰਮਾ ਯਾਦ ਰੱਖੀ ਆ ਪੜ੍ਹ ਲਿਓ ਪਿਆਰ ਨਾਲ ਕਿਆ ਗੁਰਾਂ ਨੇ ਦਿਲ ਤੇਰੇ ਦੀ ਆਸ ਪੁਗਾਵਾਂਗੇ ਕਿਆ ਗੁਰਾਂ ਨੇ ਦਿਲ ਤੇਰੇ ਦੀ ਆਸ
आस पगावांगा सार संगत। फिर पंजवें पातशाह ज्योति जोत समा गए वचन कीता इतिहास थोड़ा ज्यादा है फिर आपां समाप्ति करनी समा नेड़े लगदा जांदा। फिर महाराज सतगुरु गुरु हरगोबिंद साहब महाराज जिन्हां दा अज गुरता गद्दी दिवस महाराज साहब दा पंज प्यारे पंज प्याले पंज पीर छठम पीर बैठा गुरपारी पढ़ लियो महाराज दे प्यार विच भी धारना रूप दिखाउंदे ने वारो वारी चली पीढ़ी सोडियां दी रूप दिखाउंदे ने वारो वारी चली पीढ़ी सोडियां दी पंजवें पातशाह ने वचन कीता गुरु हरगोबिंद साहब महाराज का समा आया। सतवें पातशाह गुरु हरगोबिंद साहब महाराज ज्योति जोत समा गए फिर सतवें पातशाह का समा आया। उदो बाद कहिंदे फिर जेड़ा भाई कूरम सी बजुर्ग हो गया सी ये अपने बाग विच उड़ीक करता रहिंदा सी महाराज दी इन्हें डीकां करदे महाराज आओ आओ दर्शन बख्शो। जो सतवें पातशाह एक दिन कहिंदे भाई कोई उड़ीकां करदा है महाराज हुक्म करो। कहिंदे चलो भाई ये अपने बागां च बैठा है दो जामे लंघ गए पर महाराज नहीं आए उड़ीक करता है। एक दिन फिर कहिंदे निरंकार त्रुठिया सतगुरु गुरु हर राय साहब महाराज चलो भाई चलीए फौजा नाल लिया सिंह नाल लए। फिर कहिंदे भाई कूरम नूं दो सिंह जाके कहिंदे ने ओ कूरमा तेरे बागां विच सतगुरु गुरु हर राय साहब महाराज आ रहे। जदों इन्नी गल सुनी अर्शश कर उठिया कहिंदा महाराज आ रहे ने कित्थे ने सामने वेख तुरे आउंदे। जदों वेखिया भाई कूरम दे नेत्रां चो जल इको गल कहिंदा बलिहारे 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 भाई कूरम इको दम उठिया चरणा ते सिर रख के रोई जांदा है महाराज एडी वड्डी गरीब नवाजी सच्चे पातशाह तुसी आए हो आसन ते बिठा लिया जिथे आप पैंदा सी महाराज इत्थे सजो बिठा के ना महाराज कहिंदे कूरमा भुख लगी वेखो सतगुरु वचन पूरे करन आया है ओ सानू भुख लगी है महाराज जी प्रशादा तैयार करावा की छकोगे। गुरु हर राय साहब महाराज कहिंदे गल सुनो कूरमा जदों तू अंबां दी रीस कीती सी की वचन होया सी
महाराज अंब छकण का कहिंदे असी ते अंब छकणे ने, असी नहीं प्रशादा छकना, सानू ते अंब छका। भाई पूरम कहिंदा महाराज आ जान मेरे कोल, शरीर मेरे कोल, सब कुछ हाजिर है, सच्चे पातशाह पोह दा महीना ठंड दा टाइम, महाराज इन्हां दिनां च अंब थोड़ा हुंदे ने। वेखो सच्चे पातशाह आ पोह दा महीना, इन्हां दिनां च महाराज अंब नहीं हुंदे। गरीब नवाज भोजन कर लो, अंब कित्थों? कहिंदे ना महाराज, कहिंदे मैं ते अंब छकणे ने, महाराज कित्थों लियावां? सच्चे पातशाह कहिंदे अंबां दा वचन कीता सी, अंब ही छकांगे, मर लियावां कित्थों? फिर कहिंदे इदां मोढे ते हथ रखिया, ओ पूरमा तू हो गया 17-72। महाराज कहिंदे बजुर्ग हो गया सी ना, ओ तू 17-72 हो गया है, तेनू दिखदा घट है, ओ वेख इन्ने भी अंब लगे ने। फिर जद उत्तों उत्ते नूं निगाह मारी, सारा बाग कहिंदे पोह दे महीने च अंबां नाल लदया पिया। जदों आवाज ओ क्या उत्ते वेख, सारे बाग विच पोह दे महीने च अंब ओ लदे पए। कहिंदे आ वे झूठी बोली जन्ना तू। ना ना महाराज, उस वेले इको गल, ओ जग कमला की जाने चोज मेरे प्री संदे, जग कमला की जाने चोज मेरे प्री संदे, जग कमला की जाने। सकदा है साध संगत, अज बहुत बहुत लोग इस गल नू निशर्दक वांगू मनदे ने, शंके पैदा करते अज दे प्रचारकां ने। ओ कहिंदे अंब पोदे लग ही नहीं सकदे, महाराज गुरु हर राय साहब महाराज ने ऐसी निंदकां दे मूंह ते चपेड़ मारी, आ पिछे पोदा पिछला साल जिहड़ा लंघ के गया, अंब साहब मोहाली गुरुद्वारा साहब बनया है उत्थे, आ पिछले पोदे महीने भी अंब लगे सी, पिछले साल पोच अंब लाए ने महाराज ने, समय समय ते निंदकां दे मुँह ते महाराज चपेड़ मारदे आए। साध संगत जी वेखो, बंदा झूठा हो सकता है, कोई फोकी वड्याई कर सकता है, कोई जादू चला सकता है, कोई मंत्र सिद्धि नाल कुछ ना कुछ कर सकता है, पर सतगुरां दे बचन नहीं कोई भी फेर सकता। जे हर गुरु हर राय साहब महाराज सच्चे पातशाह ने उदों अंब लाए सी, आ पिछले साल फेर लगे ने, सतगुरां ने प्रतख करके विखाया है, जे उदों ला सकते सी गए सी, अज भी कितने नहीं ला, अज भी सकने। आखो सतनाम, यह महाराज की कृपा है, ऐसे लोग निशर्दक बनाते। आ इत्थे हुण बाबा जी कहिंदे एक सहज पाठ का रोज भोग पै रहा, एक सहज पाठ का हुण किड्डी कृपा। मेरी गल सुनो, करोना महामारी चल रही है, आ जिन्ने ज्ञाना से किन्ना नासक का पर आए करता, वो हो जू आ हड़ आया, आ हुण थोड़े दिन होए तूफान आया, हड़ आया, करोना आ गया, वड्डे वड्डे साइंसदानां दे हाथ खड़े होए पए, की करिए, है ही नहीं कुछ करन नूं, वैक्सीना लभ लिया, दवाइया लभ लिया, बंदे फिर मरी जांदे। ओ गुरमुखो, ये जेड़े भुल गए सी ना, जिथे नास्तका प्रचारकां ने जिथे संगतां दी श्रद्धा नूं सट मारी है ना, उत्थे दुनिया भी रब नूं भुल गई सी। ये करोना करूना कुछ नहीं, निरंकार ने अपनी होंद याद कराई सानू भी मैं भी हाँ कुछ। ये महाराज ने महाराज दिन दिखा रहे ने सानू, जिदां दे लोग हो गए उदां दा परमात्मा हो गया।
ਅਸੀਂ ਇੱਥੇ ਪੱਕੇ ਡੇਰੇ ਕੋਈ 20 ਕਰੋੜ ਦਾ ਮਾਲਕ 10 ਕਰੋੜ ਦਾ 5 ਕਰੋੜ ਦੀ ਕੋਠੀ ਗੱਡੀਆਂ ਲੈ ਲਈਆਂ ਇੱਥੇ ਨਾ ਚੱਲਦਾ ਮੈਂ ਮੁੱਖ ਮੰਤਰੀ ਮੈਂ MLA ਮੈਂ MP ਇਸੇ 'ਚ ਫਸ ਗਏ ਸਾਰੇ ਮਹਾਰਾਜ ਨੇ ਕਿਹਾ ਗੱਲ ਸੁਣ ਓਏ ਤੂੰ ਕੌਣ ਹੈ ਆ ਮੇਰੀ ਬਣਾਈ ਸ੍ਰਿਸ਼ਟੀ ਚਾਰ ਕੁ ਦਿਨ ਇੱਥੇ ਕੱਟਣ ਕਾਹਦੇ ਆ ਗਿਆ ਤੂੰ ਤੇ ਰਾਜਾ ਬਣ ਕੇ ਬਹਿ ਗਿਆ ਇੱਥੋਂ ਦਾ ਮਹਾਰਾਜ ਨੇ ਹੋਂਦ ਯਾਦ ਕਰਾਈ ਸਾਨੂੰ ਉਹ ਗੁਰਮੁਖੋ ਸੋਚ ਕੇ ਵੇਖੋ ਪੁਰਾਣਾ 500 ਸਾਲਾਂ ਦਾ ਇਤਿਹਾਸ ਤੁਰਿਆ ਆਉਂਦਾ ਹੈ ਕਦੇ ਆ ਜਿੰਨੀ 10 ਸਾਲਾਂ ਵਿੱਚ ਇਤਿਹਾਸ ਚ ਅਦਲਾ ਬਦਲੀ ਹੋਈ ਪਿੱਛੇ ਕਦੇ ਨਹੀਂ ਹੋਈ ਪਿੱਛੇ ਨਹੀਂ ਕਦੇ ਵੀ ਇਤਿਹਾਸ ਚ ਬਦਲਾ ਬਦਲੀ ਹੋਈ ਇਹ ਹੁਣ ਦੇ ਜਿਹੜੇ ਗਿਆਨਾਂ ਸਿਓ ਕਿਤਾਬਾਂ ਪੜ੍ਹ ਪੜ੍ਹ ਕੇ ਜ਼ਿਆਦਾ ਗਿਆਨ ਘੋਟਣ ਲੱਗ ਗਏ ਉਹਨਾਂ ਨੇ ਹਾਲ ਕੀਤਾ ਹੈ ਤੇ ਇੱਕ ਗੱਲ ਇਹ ਵੀ ਯਾਦ ਰੱਖਿਓ ਜਿੱਦਾਂ ਹੁਣ ਆ ਮਹਾਂਪੁਰਖ ਨੇ ਤੁਹਾਡੇ ਬਾਬਾ ਜੀ ਸਾਹਿਬ ਨੇ ਇਹਨਾਂ ਨਾਲ ਘੱਟੋ ਘੱਟ ਜੇ 1000 ਸਰੀਰ ਜੁੜਿਆ ਅੱਜ ਇਹ ਮਹਾਰਾਜ ਦੀ ਕਰਦੇ ਨੇ ਭਗਤੀ 6-6 ਮਹੀਨੇ ਸਾਲ ਸਾਲ ਅੰਦਰ ਰਹਿ ਕੇ ਤਪ ਕਰਦੇ ਨੇ ਬੰਦਗੀ ਕਰਦੇ ਨੇ ਅੱਛਾ ਜਿੱਦਣ ਇਹ ਬਦਲਣਗੇ ਮੰਨ ਲਓ ਇਹ ਕਹਿਣ ਵੀ ਮੈਂ 6 ਮਹੀਨੇ ਸਾਲ ਜਪ ਤਪ ਕੀਤਾ ਮੈਨੂੰ ਕੱਖ ਨਹੀਂ ਮਿਲਿਆ ਇਹ ਕਹਿਣ ਵੀ ਮੈਂ ਉਦਾਂ ਹੀ ਡੋਰੂ ਮੰਗੂ ਨਾਮ ਜਪੀ ਗਿਆ ਕੋਈ ਗੱਲ ਨਹੀਂ ਕਹਾਣੀ ਨਹੀਂ ਜਿੱਦਣ ਇਹ ਬਦਲਣਗੇ ਨਾ ਇਹ ਯਾਦ ਰੱਖਿਓ ਇਕੱਲੇ ਨਹੀਂ ਬਦਲਣਾ ਜਿਹੜੇ 1000 ਬੰਦਾ ਇਹਨਾਂ ਨੂੰ ਫੋਲੋ ਕਰਦਾ ਹੈ ਉਹ ਵੀ ਬਦਲੇਗਾ ਵੀ ਇਹਨਾਂ ਨੂੰ ਕੱਖ ਨਹੀਂ ਮਿਲਿਆ ਸਾਨੂੰ ਕੀ ਮਿਲਣਾ ਹੈ ਇਹਨਾਂ ਦੀ ਗੱਲ ਹੈ ਜਿਹੜੇ ਪ੍ਰਚਾਰਕਾਂ ਨੂੰ ਲੱਖ ਲੱਖ ਬੰਦਾ ਬਹਿ ਕੇ ਸਾਹਮਣੇ ਸੁਣਦਾ ਹੈ ਜਦੋਂ ਉਹ ਆਪਣੀਆਂ ਸਟੇਟਮੈਂਟਾਂ ਬਦਲ ਦੇਣਗੇ ਰੱਬ ਦੀ ਹੋਂਦ ਨੂੰ ਖਤਮ ਕਰ ਦੇਣਗੇ ਜਦੋਂ ਉਹ ਗੁਰੂ ਪ੍ਰਤੀ ਸ਼ੰਕੇ ਪੈਦਾ ਕਰ ਦੇਣਗੇ ਯਾਦ ਰੱਖਿਓ ਲੱਖ ਦਾ ਲੱਖ ਬੰਦਾ ਟੁੱਟੇਗਾ ਤੇ ਜਿੰਨੇ ਤੁਸੀਂ ਇੱਥੇ ਬੈਠੇ ਹੋ ਤੁਸੀਂ ਇੱਕ ਇੱਕ ਹੋਣਾ ਤੁਹਾਡੇ ਪਿੱਛੇ 5-5, 7-7 ਰਿਸ਼ਤੇਦਾਰ ਰਿਸ਼ਤੇਦਾਰੀਆਂ ਕਿੰਨੇ ਲੋਕ ਨੇ ਜਿੰਨਾ ਅਧਰਮ ਫੈਲੇਗਾ ਉਹਦਾ ਦੇਣਦਾਰ ਕੌਣ ਹੈ ਜਿਹੜਾ ਟੁੱਟਿਆ ਜਿਹੜਾ ਸਟਾਰ ਬੰਦਾ ਹੁੰਦਾ ਨਾ ਜਿਹਨੂੰ ਲੋਕੀ ਮੰਨਦੇ ਨੇ ਵਡਿਆਉਂਦੇ ਨੇ ਉਹ ਇਕੱਲਾ ਨਹੀਂ ਟੁੱਟਦਾ ਹਜ਼ਾਰਾਂ ਨੂੰ ਲੈ ਕੇ ਬਹਿੰਦਾ ਜਦੋਂ ਹਜ਼ਾਰਾਂ ਲੋਕ ਰੱਬ ਦੀ ਹੋਂਦ ਨੂੰ ਵੀ ਰੱਬ ਹੈ ਹੀ ਕੋਈ ਨਹੀਂ ਆਪ ਹੀ ਰੱਬ ਤੁਰੇ ਫਿਰਨੇ ਆ ਜਦੋਂ ਏਦਾਂ ਦੀ ਗੱਲ ਆ ਜਾਂਦੀ ਹੈ ਨਾ ਫਿਰ ਪਰਮਾਤਮਾ ਕਹਿੰਦਾ ਵੀ ਆ ਜਾ ਤੈਨੂੰ ਮੈਂ ਵਿਖਾਉਣਾ ਸਤ ਸੰਗਤ ਜੀ ਆ ਰੱਬ ਦੀ ਆ ਰੱਬ ਨੇ ਹੋਂਦ ਵਿਖਾਈ ਆਪਣੀ ਆ ਕਰੋਨਾ ਮਹਾਮਾਰੀ ਨਿਰੰਕਾਰ ਚਾਹੇ ਕੀ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ ਨੇ ਆਪਣੀ ਹੋਂਦ ਵਿਖਾਈ ਸੋ ਮੇਰੀ ਬੇਨਤੀ ਸਾਰੀ ਸੰਗਤ ਦੇ ਚਰਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੋ ਐਸਾ ਪ੍ਰਚਾਰਕ ਐਸੀ ਕਥਾ ਕਦੇ ਨਾ ਸੁਣੋ ਜਿਹਦੇ ਸੁਣਨ ਕਰਕੇ ਸਾਡੇ ਮਨ ਵਿੱਚ ਗੁਰੂ ਪ੍ਰਤੀ ਸ਼ੰਕੇ ਪੈਦਾ ਹੁੰਦੇ ਨੇ ਸਾਡੇ ਮਨ ਵਿੱਚ ਨਿਰੰਕਾਰ ਪ੍ਰਤੀ ਸ਼ੱਕ ਪੈਦਾ ਹੋ ਜਾਏ ਕਦੇ ਨਾ ਸੁਣੋ ਤੇ ਸੁਣੋ ਉਹਨੂੰ ਹਮੇਸ਼ਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਜਿਹਦੇ ਕਰਕੇ ਸਾਡੇ ਮਨ ਵਿੱਚ ਸ਼ਰਧਾ ਆਵੇ ਭਾਵਨਾ ਆਵੇ ਤੇ ਐਸੇ ਰੱਬ ਰੰਗੇ ਮਹਾਂਪੁਰਖ ਨੇ ਜਿਹੜੇ ਜਪ ਤਪ ਕਰਵਾ ਰਹੇ ਨੇ ਸਿਮਰਨ ਕਰਵਾ ਰਹੇ ਨੇ ਰਾਹ ਪੁੱਛ ਕੇ ਤੇ ਚੱਲਦੇ ਰਹਿਣਾ ਚਾਹੀਦਾ ਸਤਿ ਸੰਗਤ ਜੀ ਆ ਪੜਿਓ ਪਿਆਰ ਨਾਲ ਧਾਰਨਾ ਬਹੁਤ ਔਖੇ ਰਾਹ ਨੇ ਮੈਂ ਪਿਆਰ ਵਿੱਚ ਧਾਰਨਾ ਪੜ੍ਹੀ ਸੀ ਬਾਬਾ ਜੀ ਰਵਿੰਦਰ ਸਿੰਘ ਜੀ ਜੋਨੀ ਜੀ ਦੇ ਡੇਰੇ ਇੱਥੇ ਵੀ ਪੜ੍ਹ ਦੇਣਾ ਬੰਦਗੀ ਕਰਕੇ ਭਗਤੀ ਕਰਕੇ ਸਾਰਾ ਭਗਤੀ ਦਾ ਪ੍ਰਤਾਪ ਹੈ ਤੁਸੀਂ ਜਿੰਨੇ ਬੈਠੇ ਹੋ ਸਿਮਰਨ ਕਰਨ ਵਾਲੇ ਭਜਨ ਕਰਨ ਵਾਲੀਆਂ ਰੂਹਾਂ ਇਹ ਲਿਬਾਸ ਇਹ ਭੇਖ ਇਹ ਬਾਣਾ ਇਹ ਮਨ ਦਾ ਆਨੰਦ ਇਹ ਇੱਦਾਂ ਨਹੀਂ ਕੋਈ ਕੁਛ ਕਵੇ ਇਹ ਵੀ ਮੈਂ ਇਹ ਯਾਦ ਰੱਖੋ ਕੋਈ ਭਾਵੇਂ ਕੁਛ ਕਵੇ ਜਿਹੜੇ ਕਿਸੇ ਮਹਾਂਪੁਰਖ ਤੋਂ ਨਹੀਂ ਨਾ ਜੁੜਦੇ ਸੁਣਿਆ ਅੰਮ੍ਰਿਤ ਛਕ ਲਿਆ ਹੋ ਸਕਦਾ ਸਾਲ 1.5 ਸਾਲ ਬਾਅਦ ਟੁੱਟ ਜਾਣ ਤੇ ਜਿਹਨੂੰ ਕਿਸੇ ਸਤਿਪੁਰਸ਼ ਨੇ ਰਾਹ ਦੇ ਤਾ ਨਾ ਉਹਨੂੰ ਇੰਨਾ ਇੰਨਾ ਕਰਕੇ ਕੱਟ ਦਿਓ ਉਹ ਨਹੀਂ ਟੁੱਟਦਾ ਕੋਈ ਸਤਿਪੁਰਸ਼ ਬਦਲਿਆ ਕੋਈ ਮਹਾਂਪੁਰਖ ਬਦਲਿਆ ਕਹਿੰਦੇ ਆ ਨੀ ਆ ਨੀ ਆ ਕਹਿੰਦੇ ਤੂੰ ਕਰ ਜੋ ਕਰਨਾ ਹੈ ਅਸੀਂ ਆਪਣੇ ਆਨੰਦ ਚ ਰੱਬ ਦੇ ਫਕੀਰ ਹਮੇਸ਼ਾ ਇਹ ਬਾਤਾਂ ਪਾਉਂਦੇ ਨੇ ਮਟਕ ਮਜਾਦੀ ਸਾਨੂੰ ਬੜੀ ਔਖੀ ਮਿਲੀ ਏ ਫਕੀਰ
हसी लगी है मीरा राज से लगी नैन से सार संगत कोई कुछ भी कही जाए देखो नानक सर दी किन्नी निंदिया दमदमी टकसाल दी किन्नी निंदिया राड़ा साहब दी किन्नी निंदिया कोई टुटन वाला टुटदा भाई जेड़ा अंदरों जुड़िया है टुटदा है ओह नहीं वो कहते बड़े मुश्किल नाल राह मिले है। हाँ ये हो सकता है किसी नू रस्ता ना लभे वो निंदिया कर सकता है असी तो यही कहते हुंदे आ कोई दसण वाला ही नहीं मिलिया कोई पूरा मिलिया ही नहीं जे पूरा मिलिया हुंदा जिन्हों पूरा मिल गया वह मरनी मर जांदा निंदिया नहीं करदा साधु।